ਜਿੱਥੇ ਪੂਰਾ ਦੇਸ਼ ਇਸ ਸਮੇਂ ਹੱਡ ਕੰਬਾਊ ਠੰਡ ਨਾਲ ਠਰਦਾ ਦਿਖ ਰਿਹਾ ਹੈ, ਉੱਥੇ ਹੀ ਪੰਜਾਬ ਦੇ ਸ਼ਾਹੀ ਸ਼ਹਿਰ ਪਟਿਆਲਾ ਵਿੱਚ ਉਹਨਾਂ ਲੋਕਾਂ ਜੋ ਠੰਡ ਵਿੱਚ ਗਰਮ ਕੱਪੜੇ ਖਰੀਦਣ ਵਿੱਚ ਅਸਮਰੱਥ ਨੇ, ਇਸ ਲਈ ਇੱਕ ਅਜਿਹੀ ਨੇਕੀ ਦੀ ਦੀਵਾਰ ਬਣਾਈ ਗਈ ਹੈ ਜਿੱਥੇ ਉਹ ਆਪਣੀ ਜ਼ਰੂਰਤ ਅਨੁਸਾਰ ਮੁਫਤ ਵਿੱਚ ਗਰਮ ਕੱਪੜੇ ਲੈ ਸਕਦੇ ਨੇ। ਮੇਰਾ ਨਾਮ ਦਲੀਪ ਕੁਮਾਰ, ਮੈਂ ਬਤੌਰ ਐਕਸੀਅਨ ਮਿਊਂਸਪਲ ਕਾਰਪੋਰੇਸ਼ਨ 'ਚ ਆਪਣੀ ਡਿਊਟੀ ਕਰ ਰਿਹਾ, ਅਤੇ ਇਹ ਪ੍ਰੋਜੈਕਟ ਜਿਹੜਾ ਇਹ ਸਵੱਛ ਭਾਰਤ ਅਭਿਆਨ ਨਾਲ ਵੀ ਜੁੜਿਆ ਹੈ। ਇਹਦੇ ਨਾਲ ਇਹ ਕਿ ਜਿਸ ਤਰ੍ਹਾਂ ਸਾਡੇ ਘਰਾਂ ਦੇ ਵਿੱਚ ਕਾਫੀ ਤਰ੍ਹਾਂ ਦਾ ਵੇਸਟ, ਜਿਵੇਂ ਕਿ ਕੱਪੜੇ, ਬਰਤਨ, ਜੁੱਤੀਆਂ, ਟੋਇਜ਼, ਫਰਨੀਚਰ, ਇਹੋ ਜਿਹਾ ਸਮਾਨ ਹੁੰਦਾ, ਅਸੀਂ ਉਹਨੂੰ ਯੂਜ਼ ਨਹੀਂ ਕਰਦੇ, ਸਾਡੀ ਉਹ ਯੂਜ਼ 'ਚ ਨਹੀਂ ਆਉਂਦਾ, ਲੇਕਿਨ ਉਹ ਸਾਡੇ ਮਤਲਬ ਸਾਡੇ ਲਈ ਉਹ ਕਚਰਾ ਬਣਿਆ ਰਹਿੰਦਾ। ਲੇਕਿਨ ਇਹ ਸਮਾਨ ਜਿਹੜਾ ਉਹ ਕਿਸੇ ਗਰੀਬ ਬੰਦੇ ਦੀ ਨੀਡ ਹੁੰਦੀ ਹੈ, ਅਤੇ ਅਸੀਂ ਉਸੇ ਮਤਲਬ ਪਰਪਜ਼ ਨਾਲ ਇਹਨੂੰ ਸ਼ੁਰੂ ਕੀਤਾ ਕਿ ਕਿਉਂ ਨਾ ਅਸੀਂ ਇਹ ਜਿਹੜਾ ਸਾਡਾ ਜਿਹੜਾ ਵੇਸਟ ਯੂਜ਼ ਜਿਹੜਾ ਸਮਾਨ ਸਾਨੂੰ ਇਸਤੇਮਾਲ ਨਹੀਂ ਹੁੰਦਾ ਸਾਡੇ, ਅਸੀਂ ਗਰੀਬ ਤੱਕ ਪਹੁੰਚਾਈਏ ਇਹਨੂੰ, ਤਾਂ ਕਿ ਉਹ ਇਹਨੂੰ ਯੂਜ਼ ਕਰੇ, ਔਰ ਇੱਕ ਬੈਲੈਂਸ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਅਸੀਂ, ਮਤਲਬ ਕਿ ਜਿਹੜਾ ਵਾਧੂ ਸਮਾਨ ਜਿਹੜਾ ਆ ਉਹ ਨੀਡੀ ਪਰਸਨ ਤੱਕ। ਐਕਸੀਅਨ ਦਲੀਪ ਸਿੰਘ ਵੱਲੋਂ ਸ਼ੁਰੂ ਕੀਤੇ ਗਏ ਇਸ ਉਪਰਾਲੇ ਨੂੰ ਲੈ ਕੇ ਲੋਕਾਂ ਵਿੱਚ ਕਾਫੀ ਖੁਸ਼ੀ ਪਾਈ ਜਾ ਰਹੀ ਹੈ। ਉੱਥੇ ਪਹੁੰਚੇ ਇੱਕ ਵਿਅਕਤੀ ਦੇ ਨਾਲ ਗੱਲਬਾਤ ਦੇ ਦੌਰਾਨ ਦੱਸਿਆ ਕਿ ਜ਼ਰੂਰਤਮੰਦ ਵਿਅਕਤੀਆਂ ਕੋਲ ਇੰਨੇ ਪੈਸੇ ਨਹੀਂ ਹੁੰਦੇ ਕਿ ਇੰਨੀ ਠੰਡ ਵਿੱਚ ਉਹ ਗਰਮ ਕੱਪੜੇ ਖਰੀਦ ਲੈਣ, ਲੇਕਿਨ ਇਸ ਤਰ੍ਹਾਂ ਦੇ ਉਪਰਾਲਿਆਂ ਨੇ ਉਹਨਾਂ ਦੀ ਕਾਫੀ ਮਦਦ ਕੀਤੀ ਹੈ। ਇਹ ਬਹੁਤ ਅੱਛਾ ਕਦਮ ਹੈ ਜੀ, ਜਿਹੜੇ ਲੋੜਵੰਦ ਗਰੀਬ ਆਦਮੀ ਨੇ ਜੀ ਉਹਨਾਂ ਤੱਕ ਇਹ ਚੀਜ਼ ਪਹੁੰਚ ਰਹੀ ਹੈ, ਹੈ ਅਤੇ ਅਮੀਰ ਆਦਮੀ ਦਾਨ ਵੀ ਕਰ ਰਹੇ ਨੇ ਅਤੇ ਗਰੀਬ ਆਦਮੀ ਲਿਜਾ ਵੀ ਰਹੇ ਨੇ। ਇਹ ਬਹੁਤ ਅੱਛਾ ਪ੍ਰੋਜੈਕਟ ਹੈ ਜੀ, ਸਾਨੂੰ ਦੇਖ ਕੇ ਬਹੁਤ ਚੰਗਾ ਲੱਗਿਆ ਜੀ, ਇਹ ਸਭ ਤੋਂ ਵਧੀਆ ਚੀਜ਼ ਹੈ ਜੀ, ਇਹ ਗਰੀਬਾਂ ਤੱਕ, ਲੋੜਵੰਦ ਗਰੀਬਾਂ ਤੱਕ ਪਹੁੰਚ ਰਹੀ ਹੈ ਜੀ। ਇਹ ਫਾਇਦਾ ਹੋਊਗਾ ਜੀ, ਜਿਹੜਾ ਗਰੀਬ ਆਦਮੀ 500-400 ਰੁਪਈਆ ਸਿਆਲ ਦੇ ਵਿੱਚ ਨਹੀਂ ਲਾ ਸਕਦਾ, ਇਹਦੇ ਵਾਸਤੇ ਚੰਗੀ ਗੱਲ, ਉਹਨੂੰ ਫਰੀ ਮਿਲ ਜਾਂਦੀ ਹੈ ਜੀ ਇਹ ਚੀਜ਼, ਆਪਣਾ ਸਿਆਲ ਦਾ ਗੁਜ਼ਾਰਾ ਕਰ ਲੈਂਦਾ ਜੀ, ਗਰੀਬ ਆਦਮੀ ਆਪਣਾ ਟਾਈਮ ਪਾਸ ਕਰਦਾ। ਪਟਿਆਲਾ ਟੀਵੀ, ਪਟਿਆਲਾ ਟੀਵੀ ਜੋੜੇ ਆਪ ਜੀ ਨੂੰ ਸੋਹਣੇ ਪੰਜਾਬ ਅਤੇ ਦੇਸ਼ ਨਾਲ, ਹਮੇਸ਼ਾ ਦੇਖਦੇ ਰਹੋ ਪਟਿਆਲਾ ਟੀਵੀ। ਹੁਣ ਤੁਹਾਡੀ 10ਵੀਂ ਅਤੇ 12ਵੀਂ ਤੋਂ ਬਾਅਦ ਨੌਕਰੀ ਦੀ ਚਿੰਤਾ ਖਤਮ। ਗਲੋਬਲ ਅਚੀਵਰਸ ਅਵਾਰਡ ਨਾਲ ਸਨਮਾਨਿਤ ਪਟਿਆਲਾ ਦੀ ਸਵੈ ਰੋਜ਼ਗਾਰ ਪ੍ਰਦਾਨ ਕਰਵਾਉਣ ਵਾਲੀ ਪਹਿਲੀ ਅਤੇ ਸਭ ਤੋਂ ਪੁਰਾਣੀ ਸੰਸਥਾ ਗੁਰੂ ਨਾਨਕ ਇੰਸਟੀਚਿਊਟ ਆਫ ਮੈਡੀਕਲ ਟੈਕਨੋਲੋਜੀ, ISO ਪ੍ਰਮਾਣਿਤ ਪੰਜਾਬ ਦਾ ਨੰਬਰ 1 ਇੰਸਟੀਚਿਊਟ। ਸੰਪਰਕ ਕਰੋ ਗੁਰੂ ਨਾਨਕ ਇੰਸਟੀਚਿਊਟ ਆਫ ਮੈਡੀਕਲ ਟੈਕਨੋਲੋਜੀ, ਮੇਨ ਰੋਡ, ਫੈਕਟਰੀ ਏਰੀਆ, ਨੀਅਰ ਸ਼ਿਵ ਮੰਦਿਰ, ਪਟਿਆਲਾ, ਪੰਜਾਬ।